ਚੋਰਾਂ ਨੇ ਦੋ ਦੁਕਾਨਾਂ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰਾਂ ਦੀ ਸਾਰੀ ਵਾਰਦਾਤ ਦੁਕਾਨ ਚ ਲੱਗੇ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ। ਤਸਵੀਰਾਂ ਚ ਸਾਫ ਵੇਖਿਆ ਜਾ ਸਕਦਾ ਹੈ ਕਿ ਚੋਰ ਕਿਵੇਂ ਇਹਨਾਂ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਨੇ। ਜਾਣਕਾਰੀ ਦਿੰਦੇ ਹੋਏ ਕਰਿਆਨੇ ਦੀ ਦੁਕਾਨ ਦੇ ਮਾਲਕ ਅਨਿਲ ਕੁਮਾਰ ਨੇ ਦੱਸਿਆ ਕਿ ਰਾਤ ਨੂੰ ਉਹ ਆਪਣੀ ਦੁਕਾਨ ਬੰਦ ਕਰਕੇ ਘਰ ਗਏ ਸੀ ਅਤੇ ਜਦੋਂ ਸਵੇਰੇ ਆ ਕੇ ਵੇਖਿਆ ਤਾਂ ਤਾਲੇ ਟੁੱਟੇ ਹੋਏ ਸਨ ਅਤੇ ਗੱਲੇ ਦੇ ਵਿੱਚੋਂ 3500 ਰੁਪਏ ਗਾਇਬ ਸਨ। ਇਸ ਦੇ ਇਲਾਵਾ ਦੂਜੀ ਦੁਕਾਨ ਦੇ ਮਾਲਕ ਰਾਜਨਪੁਰੀ ਨੇ ਦੱਸਿਆ ਕਿ ਉਹਨਾਂ ਦੀ ਦੁਕਾਨ ਚ ਵੀ ਚੋਰਾਂ ਨੇ ਕੁਝ ਸਿਗਰਟਾਂ ਦੇ ਡੱਬੇ ਅਤੇ ਕੁਝ ਕੀਮਤੀ ਸਮਾਨ ਚੋਰੀ ਕਰ ਲਿਆ। ਚੋਰੀ ਦਾ ਸ਼ਿਕਾਰ ਹੋਏ ਦੁਕਾਨਦਾਰਾਂ ਨੇ ਟਾਂਡਾ ਪੁਲਿਸ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਹਨਾਂ ਚੋਰਾਂ ਨੂੰ ਫੜਿਆ ਜਾਵੇ। ਇਹ ਚੋਰੀ ਦੀ ਘਟਨਾ ਹੁਸ਼ਿਆਰਪੁਰ ਦੇ ਹਲਕਾ ਟਾਂਡਾ ਦੇ ਦਾਰਾਪੁਰ ਫਾਟਕ ਦੇ ਨਜ਼ਦੀਕ ਵਾਪਰੀ ਹੈ। ਅਸੀਂ ਰਾਤ ਕੋਈ 9:30-10 ਵਜੇ ਆਪਣੀ ਦੁਕਾਨ ਵਧਾ ਕੇ ਗਏ ਹਾਂ। ਸਾਡੇ ਰੋਜ਼ ਸਵੇਰੇ ਦੁੱਧ ਆਉਂਦਾ ਵਾ, ਦੁੱਧ ਦੀ ਸਾਡੀ ਨਕਦੀ ਇੱਥੇ ਪਈ ਸੀ 3500-3600 ਰੁਪਇਆ, 1000 ਰੁਪਏ ਦੀ ਭਾਂਡ ਸੀਗੀ। ਇੱਥੇ ਸਿਗਟਾਂ ਦੀਆਂ ਡੱਬੀਆਂ ਪਈਆਂ ਸੀ, 350-350 ਰੁਪਏ ਦੀਆਂ ਸਿਗਟਾਂ ਦੀਆਂ ਡੱਬੀਆਂ ਸੀਗੀਆਂ, ਡੱਬਾ ਪੂਰਾ ਬੰਦ ਪਿਆ ਸੀ ਉਹ ਸੀਗਾ। ਕੁਛ ਇੱਥੇ ਹੋਰ ਭਾਂਡ ਪਈ ਸੀਗੀ ਅਤੇ ਕੁਛ ਸਾਡਾ ਸਮਾਨ ਸਾਬਣ ਸਟਿੰਗ ਵਗੈਰਾ ਅਤੇ ਹੋਰ ਸਾਰਾ ਸਮਾਨ ਜਿੰਨਾ ਵੀ ਸੀਗਾ ਇੱਥੇ ਸਾਰਾ ਫੋਲਾ ਫਰੋਲੀ ਕਰਕੇ ਅਸੀਂ ਜਦੋਂ ਸਵੇਰੇ ਆ ਕੇ ਆਪਣੀ ਦੁਕਾਨ ਦੇ ਤਾਲੇ ਖੋਲ੍ਹਣ ਲੱਗੇ ਤਾਂ ਦੇਖਿਆ ਤਾਲੇ ਟੁੱਟੇ ਪਏ ਸੀਗੇ। ਕਿੰਨੇ ਵਜੇ ਆਏ ਸਵੇਰੇ ਦੁਕਾਨ? ਅਸੀਂ ਸਵੇਰੇ ਆਪਣੀ ਦੁਕਾਨ ਤੇ ਤਕਰੀਬਨ 5:30-6 ਵਜੇ ਆਏ ਜੀ। ਉਦੋਂ ਜਦੋਂ ਅਸੀਂ ਆ ਕੇ ਤਾਲੇ ਦਾ ਦੇਖਿਆ ਤੇ ਤਾਲੇ ਟੁੱਟੇ ਪਏ ਸੀਗੇ ਤੇ ਅਸੀਂ ਆਪਣੇ ਜਦ ਅੰਦਰ ਦੇਖਿਆ ਤੇ ਸਾਰਾ ਸਮਾਨ ਇਹਦਾ ਖਿਲ ਰਿਹਾ ਪਿਆ ਸੀ, ਗੱਲਾ ਵੀ ਤੋੜਿਆ ਹੋਇਆ ਸੀਗਾ ਤੇ ਇੱਥੇ ਸਾਰੇ ਸਿਗਟਾਂ ਦੇ ਖਾਨੇ ਖੁੱਲੇ ਪਏ ਸੀਗੇ ਤੇ ਨੁਕਸਾਨ ਲਗਭਗ 15-20 ਹਜ਼ਾਰ ਰੁਪਏ ਦਾ ਨੁਕਸਾਨ ਕਰ ਗਏ ਜੀ। ਆਪਣੇ ਰਾਜਨਪੁਰੀ ਬੋਲ ਰਿਹਾ ਜੀ। ਆਪਾਂ ਰਾਤ ਤਕਰੀਬਨ 10 ਵਜੇ ਦੁਕਾਨ ਵਧਾ ਕੇ ਘਰ ਗਏ ਹਾਂ ਔਰ ਸਾਨੂੰ ਬਿੱਟੂ ਕੋਲੋਂ ਸਵੇਰੇ ਫੋਨ 'ਤੇ ਪਤਾ ਲੱਗਿਆ ਵੀ ਤੁਹਾਡੀ ਦੁਕਾਨ 'ਤੇ ਸ਼ਟਰ ਭੱਜ ਗਿਆ ਵਾ। ਅਸੀਂ ਆ ਕੇ ਦੇਖਿਆ ਜਿੰਦਾ ਭੱਜਿਆ ਹੋਇਆ ਸੀਗਾ, ਗੱਲਾ ਖਿਲ ਰਿਹਾ ਹੋਇਆ ਸੀਗਾ, ਗੱਲੇ 'ਚੋਂ ਕੈਸ਼ ਲੈ ਗਏ ਆ, ਭਾਂਡ ਸੀ ਭਾਂਡ ਲੈ ਗਏ ਆ ਔਰ ਆਪਣੇ ਜਿਹੜਾ ਸਾਡੀ ਸਿਗਟਾਂ ਦੀ ਡੱਬੀਆਂ ਦੁਕਾਨ ਤੋਂ ਲੈ ਗਏ ਆ, ਹੋਰ ਦੁਕਾਨ ਦੇ ਸਮਾਨ ਨੂੰ ਛੇੜਾਖਾਨੀ ਕਰਕੇ ਜੋ ਉਹਨਾਂ ਦੇ ਹੱਥ ਆ, ਫਰਿੱਜ 'ਚੋਂ ਸਮਾਨ ਕੱਢਿਆ, ਅੰਦਰੋਂ ਸਮਾਨ ਕੱਢ ਕੇ ਜੋ ਉਹਨਾਂ ਦਾ ਹੱਥ ਹੈ ਲੈ ਗਏ। ਲਗਭਗ ਕਿੰਨਾ ਕੁ ਨੁਕਸਾਨ ਸੀ? ਲਗਭਗ ਤਕਰੀਬਨ ਮੈਂ ਹੁਣ ਦੁਕਾਨ 'ਤੇ ਦੇਖੋ, ਦੁਕਾਨ ਭਰੀ ਪਈ ਹੈ, ਦੁਕਾਨ ਦੇ ਅੰਦਰੋਂ ਕੀ ਨੁਕਸਾਨ ਲੱਗ ਗਿਆ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। 5,000 ਦੇ ਲੱਗੇ, 10,000 ਦੇ ਲੱਗੇ, ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਪਰ ਚੋਰੀ ਤਾਂ ਚੋਰੀ ਹੈ ਜੀ, ਚਾਹੇ ਉਹ ਰੁਪਈਏ ਦੀ, ਚਾਹੇ 10,000 ਦੀ ਹੈ, ਚਾਹੇ 1,00,000 ਰੁਪਏ ਦੀ ਹੈ। ਅਤੇ ਸਾਡਾ ਪੁਲਿਸ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਹੈ ਉਹਨਾਂ ਨੂੰ ਕਰ ਰਹੇ ਹਾਂ ਵੀ ਇਸ ਚੀਜ਼ ਵੱਲ ਤਵੱਜੋ ਦਿੱਤੀ ਜਾਵੇ। ਇੱਕ ਸਭ ਤੋਂ ਵੱਡੀ ਮਾੜੀ ਗੱਲ ਜਿਹੜੀ ਦਾਰਾਪੁਰ ਦੇ ਵਿੱਚ ਇਹ ਆ, ਇਹ ਚੌਂਕ ਦੇ ਵਿੱਚ ਲਾਈਟ ਦਾ ਪ੍ਰਬੰਧ ਹੈ ਨਹੀਂ, ਹਰ ਵੇਲੇ ਹਨੇਰਾ ਰਹਿੰਦਾ ਵਾ, ਜਿਸ ਗੱਲ ਤੋਂ ਅਸੀਂ ਪਰੇਸ਼ਾਨ ਹਾਂ। ਅਸੀਂ ਕਹਿ ਕੇ ਥੱਕ ਗਏ, ਪਰ ਇਸ ਚੌਂਕ ਦੀ ਲਾਈਟ ਦੀ ਸਮੱਸਿਆ ਕੋਈ ਠੀਕ ਨਹੀਂ ਕਰ ਰਿਹਾ ਅਤੇ ਸਰਕਾਰ ਵੱਲੇ ਧਿਆਨ ਆ। ਸਰਕਾਰ ਨੂੰ ਬਹੁਤ ਬਹੁਤ ਧੰਨਵਾਦ। ਪਹਿਲਾਂ ਅੱਗੇ ਵੀ ਇਸ ਮਾਰਕੀਟ ਦੇ ਵਿੱਚ ਪੂਰੀ ਆ ਰਹੇ ਸਟੋਰ ਦੇ ਚੋਰੀ ਹੋਈ ਆ ਅਤੇ ਸਰਕਾਰ ਵੱਲੋਂ ਦਾ ਇਹੀ ਧਿਆਨ ਦਿਵਾਉਣਾ ਚਾਹੁੰਦੇ ਹਾਂ ਸਰਕਾਰ ਨੂੰ ਵੀ ਇੱਧਰ ਧਿਆਨ ਦਿੱਤਾ ਜਾਵੇ ਵੀ ਚੋਰੀਆਂ ਦੁਕਾਨਾਂ 'ਤੇ ਵੱਧ ਰਹੀਆਂ ਵਾ, ਦੁਕਾਨਦਾਰਾਂ ਦਾ ਨੁਕਸਾਨ ਹੋ ਰਿਹਾ ਵਾ ਅਤੇ ਇਸ ਵੱਲ ਧਿਆਨ ਦਿੱਤਾ ਜਾਵੇ। ਧੰਨਵਾਦ।